ਤੁਹਾਨੂੰ ਗਿਫਟ ਵੀ ਬਹੁਤ ਪਸੰਦ ਆਇਆ ਮੈਂ ਕਿ ਸੱਚੀ ਬਾਤ ਹੈ ਜੀ ਗਿਫਟ ਬਹੁਤ ਪਸੰਦ ਆਇਆ ਔਰ ਕੇਕ ਵੀ ਸਾਨੂੰ ਜਿਹੜਾ ਕਾਲਾ ਰਿਹਾ ਬਹੁਤ ਪਸੰਦ ਆਇਆ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਇਬਤਦਾ ਉਜ਼ਾਤ ਨੇ ਨਾਂ ਨਾਲ ਜਿਹੜਾ ਦਿਲਾਂ ਨੇ ਰਾਜ਼ ਬਖੂਬੀ ਜਾਂਦਾ ਆ ਉਮੀਦ ਹੈ ਸਾਰੇ ਠੀਕ ਠਾਕ ਹੋ ਸੋ ਖੁਸ਼ ਬਾਸ਼ ਹੋ ਸੋ ਅਤੇ ਅੱਲਾਹ ਤਾਲਾ ਨੇ ਇਫਜ਼ੋ ਅਮਾਨ ਮੇਰੇ ਬਲਾਗਰ ਹਾਜ਼ਰ ਇੱਕ ਨਿਆ ਔਰ ਖੂਬਸੂਰਤ ਜਿਹਾ ਬਲਾਗ ਕਿ ਨਹੀਂ ਤੁਸਾਂ ਦੀ ਖਿਦਮਤ ਵਿੱਚ ਕਸ਼ਮੀਰੀ ਬਲਾਗ ਦਾ ਮੇਜ਼ਬਾਨ ਮੁਹੰਮਦ ਇਰਫਾਨ ਸਫੀਰ ਰਹਿਮਾਨ ਇਸਰਾਰ ਯਾਕੂਬ ਜੀ ਨਾ ਭੈਣਾ ਭਰਾ ਅਸਾਂ ਕੀ ਗੁਜ਼ਸ਼ਤਾ ਕੋ 10-12 ਦਿਨ ਤੱਕਿਆ ਆ ਤਾਂ ਉਹਨਾਂ ਕੀ ਤਾਂ ਬਖੂਬੀ ਬਲਕਿ ਜਿਸ ਨਹੀਂ ਵੀ ਤੱਕਿਆ ਉਸ ਕੀ ਪਤਾ ਹੋ ਸੀ ਹੈ ਕਿ ਗੁਜ਼ਸ਼ਤਾ ਚੰਦ ਅਰਸੇ ਵਿੱਚ ਕਸ਼ਮੀਰ ਦੇ ਅੰਦਰ ਕਿਆ ਕਿਆ ਹੋਇਆ ਆ ਡਡਿਆਲ ਨੇ ਲੋਕਾਂ ਕੀ ਜਗਾਉਣ ਵਾਲਾ ਜਿਹੜਾ ਬੰਦਾ ਸਾ ਉਸ ਦਾ ਨਾਮ ਹਾਜਾ ਮਹਿਰਾਨ ਹੈ ਥੰਬਨੇਲ ਵੀ ਤੱਕਿਆ ਆ ਅੱਜ ਸਾਡੀ ਮਰਜ਼ੀ ਹੈ ਕਿ ਅਸਾਂ ਤੁਸਾਂ ਨੇ ਮੁਲਾਕਾਤ ਕਰਵਾਂ ਅੱਜ ਉਸ ਸ਼ਖਸੀਅਤ ਨਾਲ ਤੁਸਾਂ ਉਹਨਾਂ ਦੀ ਸਟੇਜ ਉੱਪਰ ਬੜਾ ਗਰਜਨੇ ਆ ਬੜੀ ਜ਼ੋਰਦਾਰ ਤਕਰੀਰਾਂ ਕਰਨੇ ਵੀ ਤੱਕਿਆ ਤਾਂ ਅੱਜ ਅਸਾਂ ਜੁੜੀ ਤੇ ਤੁਸਾਂ ਕੀ ਉਹਨਾਂ ਨੇ ਘਰ ਮੁਲਾਕਾਤ ਕਰਾਂ ਤਾਂ ਕਿ ਤੁਸਾਂ ਕੀ ਪਤਾ ਲੱਗਾ ਕਿ ਸਟੇਜ ਨੂੰ ਲਈਦਾ ਉਸ ਬੰਦੇ ਦੀ ਸ਼ਖਸੀਅਤ ਕੈਸੀ ਹੈ ਹੁਣ ਸਭ ਕੋਲ ਫਾਇਦਾ ਹੋਣੇ ਹੋਣਾ ਜਿਹੜਾ ਤੁਸੀਂ ਮੈਂਬਰ ਵੀ ਬੈਠੇ ਹੋਣੇ ਉਹਨਾਂ ਦਾ ਤੁਸੀਂ ਚਰੋਬ ਜਲਾਲ ਹੋਣਾ ਚਾਹੀਦਾ ਹੈ ਜਿਹੜਾ ਤੋਂ ਆਮ ਹਾਲਤ ਵਿੱਚ ਉਹਨਾਂ ਦਾ ਤੁਸੀਂ ਅੰਦਰ ਜਾਣਾ ਬਿਲਕੁਲ ਆਜੀ ਹੋ ਇਨਸਾਰੀ ਇੱਕ ਸਾਰੀ ਹੋਣੀ ਚਾਹੀਦੀ ਬਿਲਕੁਲ ਲਾ ਕੇ ਜਾਇ ਨਾ ਆਕ ਅਦਾ ਕਰਦਾ ਪਰ ਜਦ ਤੁਸੀਂ ਉਹਨਾਂ ਦਾ ਸਟੇਜ ਪਰ ਹੋਣੇ ਹੋ ਨਾ ਤੁਹਾਨੂੰ ਬੜੇ ਹੱਕ ਵਾਜਿਬ ਹੋ ਜਾਏ ਫਿਰ ਉਹ ਹੱਕ ਅਦਾ ਕਰਦਾ ਤਾਂ ਬਾਕੀ ਆਮ ਜਿਹੜੀ ਜ਼ਿੰਦਗੀ ਹੈ ਉਹ ਖੁਸ਼ ਖਰਾਕ ਹੋਣੀ ਚਾਹੀਦੀ ਆਜੀ ਹੋ ਇਨਸਾਰੀ ਹੋਣੀ ਚਾਹੀਦੀ ਤਾਂ ਕਿ ਹਰ ਬੰਦਾ ਤੁਸਾਂ ਤੋਂ ਮਿਲਣੇ ਤੋਂ ਡਰੇ ਨਾ ਬਿਲਕੁਲ ਇਨਸਾਨ ਕੰਮ ਕਰਨਾ ਨਾ ਉਹ ਪਾਇਆ ਤਕਮੀਲ ਉਸ ਸੁਰਤ ਦੀ ਪੋਜੀਸ਼ਨ ਵਿੱਚ ਜਿੰਦਾ ਉਸਨੇ ਵੀ ਖਲੂਸ ਨੀਅਤ ਹੋਸੀ ਜੇ ਖਲੂਸ ਨੀਅਤ ਨਹੀਂ ਤੁਸਾਂ ਦੇ ਦਿਲਾਂ ਦੇ ਕੁਝ ਐਸੀ ਬੇਮਾਨੀ ਹੈ ਜਿਤਨੀ ਵੀ ਟੀਮ ਉਹਨਾਂ ਨਾਲ ਗੱਠੀ ਬੇਸਿਕਲੀ ਉਹਨਾਂ ਨੇ ਇਨਫਰਾਦੀ ਤੌਰ ਉੱਪਰ ਕੋਈ ਫਾਇਦਾ ਕੋਈ ਠੀਕ ਹੈ ਉਹ ਜੇ ਗੱਲ ਹੋਇਆ ਕਿ ਗਰੀਬ ਮਾਰੇ ਨਿਕਲੇ ਸਨ ਆਪੂ ਤੋਂ VIP ਵੀ ਨਹੀਂ ਖਾਈ ਸਕਣੇ ਕੁਝ ਵੀ ਮਤਲਬ ਉਹਨਾਂ ਵਾਸਤੇ ਨਹੀਂ ਪ੍ਰੋਬਲਮ ਹੋਣ ਲੇਕਿਨ ਕਿਆ ਉਹਨਾਂ ਆਮ ਆਵਾਮ ਵਾਸਤੇ ਕੋਸ਼ਿਸ਼ ਕੀਤੀ ਆ ਤਾਂ ਅੱਲਾਹ ਤਾਲਾ ਉਹਨਾਂ ਕੀ ਸੁਰਖਰੂ ਕੀਤਾ ਆ ਬਿਲਕੁਲ ਮਾਸ਼ਾਅੱਲਾ ਅੱਜ ਬੜੀ ਖੁਸ਼ੀ ਵੀ ਆ ਅਸਾਂ ਕਿ ਚਲੋ ਅੱਜ ਉਧਰ ਜਾ ਰਹੀ ਉਹਨਾਂ ਨਾਲ ਫੇਸ ਟੂ ਫੇਸ ਫਸਟ ਟਾਈਮ ਅਸਾਂ ਦੀ ਮੁਲਾਕਾਤ ਹੋਸੀ ਫਿਰ ਵੀ ਥੋੜਾ ਜਿਹਾ ਸਾਹਮਣੇ ਕਰੋ ਭੈਣਾ ਭਰਾ ਕੀ ਦੱਸਾਂ ਮਾਸ਼ਾਅੱਲਾ ਮਾਸ਼ਾਅੱਲਾ ਦਾ ਰੀਅਲ ਹੀਰੋ ਤਿਆਰ ਹੋਈ ਰਹੀ ਹੈ ਤਾਂ ਇਨਸ਼ਾਅੱਲਾ ਹੁਣ ਜਾਈ ਇਸ ਨਾਲ ਪ੍ਰਿੰਟ ਕਢਵਾਉਣਾ ਸਾਰਾ ਕੁਝ ਅੱਗੇ ਕਰਸਾਂ ਤਾਂ ਫਿਰ ਮੋੜੀ ਤੇ ਜੁੱਲੀ ਮਹਿਰਾਨ ਬਾਈ ਕੀ ਪੇਸ਼ ਕਰਸਾਂ ਅਸਾਂ ਦਾ ਫਰੇਮ ਨਾਲ ਸੈੱਟ ਹੋ ਗਿਆ ਰੀਅਲ ਹੀਰੋ ਤਾਂ ਫਰੋਮ ਕਸ਼ਮੀਰੀ ਵਲੌਗਰ ਤਾਂ ਫਰੇਮ ਵੀ ਅਸਾਂ ਆਪਣੀ ਪਸੰਦੀ ਨਾਲ ਲਵਾਇਆ ਥੋੜ੍ਹਾ ਜਿਹਾ ਹੋਈ ਗਿਆ ਕਿਉਂਕਿ ਅਸਾਂ ਨੇ ਆਪਣੀ ਐਡੀਟਿੰਗ ਸੀ ਸੋ ਇਹ ਥੋੜ੍ਹੇ ਗੈਪ ਰਹੀ ਗਿਆ ਲੇਕਿਨ ਫਿਰ ਵੀ ਠੀਕ ਹੋਈ ਆ ਹਾਂ ਹੁਣ ਇਸ ਕੀ ਸ਼ੀਟ ਕਿਨ ਉਹਦਾ ਪੈਕ ਕਰਵਾਓ ਬਸ ਆ ਗਿਆ ਕੇਕ ਖਰੀਦਣ ਵਾਸਤੇ ਤਾਂ ਕੇਕ ਜਨਾਬ ਵਾਲਾ ਕਿਹੜਾ ਨੀਚੇ ਦਾ ਇਹ ਜਿਹਨੇ ਪਰ ਨਿੱਕੇ ਨਿੱਕੇ ਬਜਰੀ ਆਏ ਨੇ ਟੀ ਵੀ ਹਾਲਾ ਚਲੋ ਜੀ ਸੋ ਹੁਣ ਇਹ ਕਿ ਕੇਕ ਸਿਲੈਕਟ ਕਰਾਉਣੇ ਆ ਇਸ ਨੇ ਲਿਖਾਉਣੇ ਆ ਕਾਲਾ ਕੇਕ ਨਹੀਂ ਨਹੀਂ ਕੋਈ ਵੀ ਰਵਰੀ ਜਾਂ ਨਹੀਂ ਨਾ ਇਹ ਮਜ਼ਮਤੀ ਰੰਗ ਆ ਅਜਨਬੀ ਮੇਰੇ ਖੂਬ ਸੂ ਵੀ ਕਾਲਾ ਰੰਗ ਠੀਕ ਹੋ ਠੀਕ ਹੈ ਅਸਲਾਮ
ਕੀ ਹਾਲ ਹੈ? ਠੀਕ ਹੋ? ਠੀਕ ਹੋ? ਖੋਲੋ ਚਲੋ ਤੁਸੀਂ ਯਾਦਗਾਰ ਇੱਕ ਟਿਕਰੀ ਸੀ। ਅਸਲਾਮ ਵਾਲੇਕੁਮ ਜੀ, ਬਿਸਮਿਲ੍ਲਾ ਜੀ। ਨਹੀਂ ਸਮਝ ਆਈ ਜੀ, ਕਿਆ ਬਣਿਆ ਸਰ? ਓ ਬਿਸਮਿਲ੍ਲਾ, ਠੀਕ ਹੋ? ਮੈਂ ਠੀਕ ਹਾਂ ਜੀ, ਤੁਸੀਂ ਠੀਕ ਹੋ ਨਾ? ਸਹੀ ਹੋ, ਮਾਸ਼ਾਅੱਲਾ ਜੀ। ਸਰ ਸਰ ਬਹੁਤ ਸ਼ੁਕਰੀਆ ਸਰ। ਯਾਦ ਰੱਖਣੀ ਸਰ, ਤੁਹਾਡਾ ਗਿਫਟ ਵੀ ਬਹੁਤ ਪਸੰਦ ਆਇਆ ਮੇਰੀ ਸੱਚੀ ਮਾਂ ਨੇ ਜੀ, ਗਿਫਟ ਬਹੁਤ ਪਸੰਦ ਆਇਆ, ਔਰ ਕੇਕ ਵੀ ਸਾਨੂੰ ਜਿਹੜਾ ਕਾਲਾ ਰਿਹਾ ਬਹੁਤ ਪਸੰਦ ਆਇਆ। ਬਹੁਤ ਬਹੁਤ ਥੈਂਕ ਯੂ, ਬਹੁਤ ਬਹੁਤ ਥੈਂਕ ਯੂ। ਓਹੋ ਹੋ, ਥੈਂਕ ਯੂ। ਕੁਝ ਹੋਰ ਮਹਿਮਾਨ ਆਈ ਗਏ। ਬਿਲਕੁਲ ਫਾਈਨਲੀ ਮਹਿਰਾਨ ਭਾਈ ਨਾਲ ਮੁਲਾਕਾਤ ਹੋਈ ਗਈ ਆ, ਤੇ ਬਹੁਤ ਜਿਸਕੀ ਆਖਣਾ ਦਿਲੀ ਖੁਸ਼ੀ ਮਹਿਸੂਸ ਹੋ ਰਹੀ ਹੈ। ਮਾਸ਼ਾਅੱਲਾ, ਇੱਕ ਤਾਂ ਖਲੂਸ ਮੁਹੱਬਤ ਪਿਆਰ ਨਾਲ ਜਿਹੜੇ ਉਹ ਮਿਲੇ ਸਾਡੇ ਨਾਲ, ਜਿਹੜੇ ਉਹਨਾਂ ਨੇ ਚਿਹਰੇ ਪਰ ਇਤਮਾਨ ਸੀ, ਉਸ ਕੀ ਤਰੀਕੇ ਹੈ ਵਾਕਿਆ ਆਪਣੇ ਆਪ ਕਿ ਇਤਮਾਨ ਮਹਿਸੂਸ ਹੋਣਾ ਕਿ ਮਾਸ਼ਾਅੱਲਾ ਇੱਕ ਜਿਹੜੀ ਉਹਨਾਂ ਕੋਸ਼ਿਸ਼ ਸ਼ੁਰੂ ਕੀਤੀ ਸੀ, ਉਸਨੇ ਕਾਮਯਾਬੀ ਤੋਂ ਬਾਅਦ, ਕੋਈ ਵੀ ਬੰਦਾ ਕੰਮ ਕਰਨਾ ਚਾਹੀਦਾ ਉਸਦੀ ਕਾਮਯਾਬੀ ਹੋਈ ਰਹਿਣੀ, ਤਾਂ ਉਸਨੇ ਚਿਹਰੇ ਪਰ ਖੁਸ਼ੀ ਸਕੂਨ ਉਸਦੀ ਮਹਿਸੂਸ ਹੋਣਾ ਆ। ਅਸਾਂ ਹੁਣ ਥੋੜ੍ਹਾ ਬੋਲੀ ਕਿ ਨਾ ਮੇਰਾ ਮੇਰੀ ਮੁਲਾਕਾਤ ਕਰੀ ਤਾਂ ਤੁਸਾਂ ਮੈਂ ਨਾ ਮੁਕਰਰ ਬਣੀ ਗਏ ਹੋਣਾ ਜੀ। ਬੇਸਿਕਲੀ ਆਖਣੇ ਖਰਬੂਜ਼ਾ ਖਰਬੂਜ਼ੇ ਤੱਕ ਦਾ ਰੰਗ ਬਣਾਇਆ, ਤਾਂ ਕੋਈ ਇੱਕ ਇਹਨਾਂ ਨੁਮਾਇੰਦਗੀ ਜਿੱਦੀ ਆ ਕਿ ਸਾਰੀ ਆਵਾਮ ਉੱਠੀ ਜ਼ਰਾ ਇਸ ਤਰ੍ਹਾਂ ਸਾਹਿਬ ਅੱਜ ਪਹਿਲ ਹੋਣਾ ਬੈਠਾ ਕੀਤੀ ਤਾਂ ਕਿਤਨਾ ਅਸਰ ਹੋਈ। ਬਿਲਕੁਲ ਐਸਾ ਹੀ, ਔਰ ਅਸਾਂ ਅਕਸਰ ਇੱਕ ਚੀਜ਼ ਆਉਣੇ ਹੋਣੇ ਆ, ਮੈਂ ਤਾਂ ਇਰਫਾਨ ਵਿਸ਼ਾ ਇੱਕ ਦੋ ਜ਼ਿਕਰ ਕੀਤਾ ਸਾ ਕਿ ਸਾਕਿਬ ਰਜ਼ਾ ਮੁਸਤਫਾਈ ਸਾਹਿਬ ਉਹਨਾਂ ਨੇ ਗਲਤਾਂ ਅਸਰ ਕਰਨੀ ਹੈ ਕਿ ਆਹਨੇ ਕਿ ਬੰਦਾ ਜਿਹਾ ਜਿਹਾ ਬਾਹਰੋਂ ਦਿਸਾ ਜਿਹੜੀ ਗੱਲ ਪਿਆ ਅੰਦਰੋਂ ਉਹ ਜਾਵੇ ਤਾਂ ਗਲਤਾਂ ਹੋਏ ਅਗਲੇ ਬੰਦੇ। ਸੋ ਮਹਿਰਾਨ ਬਾਈ ਨਾਲ ਸਾਨੂੰ ਪਹਿਲੀ ਮੁਲਾਕਾਤ ਸੀ ਔਰ ਪਤਾ ਲੱਗਾ ਕਿ ਉਹਨਾਂ ਨੇ ਗੱਲ ਲੋਕਾਂ ਪਰ ਅਸਰ ਤਾਂ ਕਰਨੀ ਹੈ ਕਿ ਜਿਸ ਤਰ੍ਹਾਂ ਉਹ ਬਾਣੇ ਹਨ ਅੰਦਰੋਂ ਵੀ ਉਹ ਬਿਲਕੁਲ ਬੰਦਾ ਉਸੇ ਤਰ੍ਹਾਂ ਹੀ ਹੈ। ਤੁਸਾਂ ਕਿਹਾ ਸੋ ਤੁਸਾਂ ਨੇ ਸਾਰੀ ਗੱਲ ਪਹਿਲੀ ਮੁਲਾਕਾਤ ਸੀ ਸੇਮ ਤੁਸਾਂ ਪਹਿਲੇ ਮਾਲੀ ਮੁਲਾਕਾਤ ਸੀ ਮੈਂ ਲਿਖ ਲਿਆ ਕਿ ਮਜ਼ਾ ਆਈ ਗਿਆ ਖਲੂਸ ਸੇ ਨੀਅਤ ਨਾਲ ਬੰਦਾ ਜਾਂ ਕੋਈ ਕੰਮ ਕਰ ਰਿਹਾ ਕਿਸੇ ਕੰਮ ਅਗਰ ਸ਼ੁਰੂ ਕਰਿਆ ਨਾ ਉਸ ਨਾਲ ਆਇਆ ਕਿ ਜਾਂ ਖਤਮ ਹੋਣਾ ਨਾ ਉਹ ਹਮੇਸ਼ਾ ਅੱਛਾ ਹੀ ਹੋਣਾ ਤਾਂ ਇਸ ਨਾਲ ਕੁਛ ਤੱਕ ਨਹੀਂ ਹੁੰਦਾ ਇਸ ਬੰਦੇ ਨੇ ਆਇਆ ਕਿ ਤੂੰ ਕਿਤਨਾ ਖਲੂਸ ਨੀਅਤ ਨਾਲ ਕੰਮ ਕੀਤਾ ਆ ਸਿਰਫ ਆਪਣੀ ਜ਼ਾਤ ਵਾਸਤੇ ਨਹੀਂ ਕੀਤਾ ਆ ਉਸ ਕੀਤਾ ਰਿਆਜ਼ ਲੋਕ ਜਿਹੜੇ ਨਾਦਾਰ ਲੋਕ ਗਰੀਬ ਲੋਕ ਉਹਨਾਂ ਵਾਸਤੇ ਕੀਤਾ ਤਾਂ ਉਸ ਨੂੰ ਦਬਾਵਾਂ ਵੀ
بڑا مشکل ہے مشکلات خاص کر غریباں واسطے اس سے واسطے ہے کہ بندہ اگر اس نے ریا اس نے مطلب لیڈ عوام ساتھ دیتا تو ان شاء اللہ اس نے کہ رزلٹ ہی ملسی ان شاء اللہ سو ہونا ہے کہ اساں اپنا سفر واپسی طرف شروع کرنا ایتھے تے ماشاءاللہ محفل لگی ہوئی ہے اور حالات تو یہ لگنا ہے کہ اے صبح ہونے تو شروع ہو جانی اور رات ہی لگی رہنی ہے ظاہر ہے جی کوئی چھوٹی کامیابی نہیں ہے بالکل ٹھیک ہے چاہے اور بندہ کوئی شریک اس کی ہویا اس جڑے کمیٹی دے بننے کا میرا یا جائے اس نے شریک ہویا یا نہیں ہویا لیکن جڑی نئی کامیابی لبھی ہے تے ہر عوام اس نو فائدہ ضرور لبھے چاہے امیر ہے غریب ہے خاص کر یہ غریب جڑے بندے انہاں نے دلوں ہی دعائیں نکلی ہیں اور وہ ٹوری تے زیادہ غریب لوگ ہی ہیں ٹھیک ہے کہ انہاں غریب نے ہمارے قدم اٹھایا تے اللہ تعالی نے جڑا صرف شروع کیتا ہے ماشاءاللہ ایسا ہی ہے اور بہت ساری دعائیں مہران بھائی واسطے ہیں تے امید کرنے ہیں کہ جڑا اچھنے والا ٹائم ہوسی ہے وہ انہاں واسطے اور اوور آل عوام واسطے بڑی کامیابی کی نیت اچھی ہے ان شاء اللہ نیکسٹ ویڈیو تسا بھنا پرانا لے ملنے ہیں اس ویلے جی اپنے تے اپنے پیارے نال بہت سارا خیال رکھے فی امان اللہ